ਮੈਂ ਇਹੋ ਜਿਹੇ ਜਿਹੜੇ ਫੁਕਰਾ ਪੰਥੀ ਜਿਹਨੇ ਉਹਨਾਂ ਦੇ ਕੋਈ ਕਮੈਂਟ ਨਹੀਂ ਕਰਦਾ ਪਲੀਜ਼, ਮੈਂ ਕਿਉਂਕਿ ਉਹਦੀ ਕੋਈ ਸੀਰੀਅਸਨੈਸ ਉਹਦੇ ਵਿੱਚ ਹੈ ਨਹੀਂ। ਉਹਨੂੰ ਤਾਂ ਬਿਆਨਾਂ 'ਚ ਬਿਆਨ ਦੇ ਕੇ ਮੀਡੀਆ 'ਚ ਰਹਿਣ ਦਾ ਚਾਅ ਹੈ, ਔਰ ਮੈਂ ਮੈਨੂੰ ਲੱਗਦਾ ਉਹ ਮੈਂਟਲੀ ਸਿੱਕ ਹੈ। ਇਹ ਉਹਦੇ ਘਰਦਿਆਂ ਨੂੰ ਉਹਦਾ ਇਲਾਜ ਕਰਾਉਣਾ ਚਾਹੀਦਾ। ਉਹਦੇ ਕਹਿਣ ਨਾਲ ਕੁਛ ਨਹੀਂ ਹੁੰਦਾ, ਉਹ ਤਾਂ ਰੋਜ਼ ਕੁਛ ਨਾ ਕੁਛ ਬੋਲੂ। ਉਹਨੂੰ ਕੀ ਕਰੂੰਗੇ, ਮੈਂ ਜੋ ਕਹਿੰਦਾ ਉਹ ਮੈਂਟਲੀ ਸਿੱਕ ਹੈ, ਉਹਨੂੰ ਟ੍ਰੀਟਮੈਂਟ ਦੀ ਲੋੜ ਹੈ। ਦੇਖੋ ਬਹੁਤ ਸਾਰੇ ਮੁੱਦੇ ਨੇ, ਕਿਸਾਨੀ ਹਰ ਫਰੰਟ ਦੇ ਉੱਤੇ ਸੰਕਟ 'ਚ ਹੈ। ਕੋਪਰੇਟਿਵ ਅਦਾਰੇ ਸਾਰੇ ਡੁੱਬ ਗਏ, ਸਾਡੀ ਲਾਈਫ ਲਾਈਨ ਹੈ ਕੋਪਰੇਟਿਵ, ਅਤੇ ਸਾਰੇ ਕੋਪਰੇਟਿਵ ਬੈਂਕ ਘਾਟੇ 'ਚ ਨੇ, ਲੈਂਡਮੋਰਡ ਦੇ ਬੈਂਕ ਘਾਟੇ 'ਚ ਹੈ, ਸ਼ੂਗਰ ਫੈਡ ਡੁੱਬਣ ਵਾਲੀ ਹੈ, ਮਿਲਕ ਫੈਡ ਡੁੱਬਣ ਵਾਲੀ ਹੈ, ਮਾਰਕ ਫੈਡ ਘਾਟੇ 'ਚ ਹੈ, ਅਤੇ ਸਪਿਨ ਫੈਡ ਡੁੱਬ ਗਈ, ਹਾਊਸ ਫੈਡ ਡੁੱਬ ਗਈ। ਅਤੇ ਸਰਕਾਰ ਨੂੰ ਅਫਸੋਸ ਇਸ ਗੱਲ ਦਾ ਵੀ ਮੁੱਖ ਮੰਤਰੀ ਕੋਲ ਮਹਿਕਮਾ ਹੈ, ਐਡਾ ਵੱਡਾ ਮਹਿਕਮਾ ਜਿਹਨੂੰ 7 IAS ਅਫਸਰ ਚਲਾਉਂਦੇ ਨੇ, ਉਹਦੇ ਕੋਲ ਟਾਈਮ ਨਹੀਂ ਇੱਕ ਵੀ ਮੀਟਿੰਗ 2.5 ਸਾਲਾਂ 'ਚ ਉਹਨਾਂ ਨੇ ਨਹੀਂ ਕੀਤੀ। ਹੁਣ ਜਦੋਂ ਸਾਰੇ ਪਾਸੇ ਹੀ ਹਨੇਰ ਮੱਚਿਆ, ਹਰ ਪਾਸੇ ਕਰਪਸ਼ਨ ਖਾ ਕੇ ਗਬਨਾਂ ਨਾਲ, ਸਾਡੇ ਕੋਲ ਅਨੇਕਾਂ ਸਬੂਤ ਪਏ ਨੇ, ਗਬਨ ਹੋਏ ਹੋਏ ਨੇ, ਹਰ ਸੁਸਾਇਟੀ ਨੂੰ ਮੁਲਾਜ਼ਮ ਲੁੱਟ ਕੇ ਖਾ ਗਏ, ਉਹ ਫਿਰ ਉਲਟਾ ਸਜ਼ਾ ਫਿਰ ਲੋਕਾਂ ਨੂੰ ਇਹ ਦਿੰਦੇ ਨੇ। ਤੋ ਇੱਕ ਤਾਂ ਇਹ ਇਸ਼ੂ ਹੈ ਜਿਹਦੇ 'ਤੇ ਅਸੀਂ ਆਉਣ ਵਾਲੇ ਸਮੇਂ 'ਚ ਲੜਾਂਗੇ। ਦੂਸਰਾ ਇੱਕ ਇਸ਼ੂ ਇਹ ਹੈਗਾ ਵੀ ਪੰਜਾਬ ਦਾ ਪਾਣੀ ਮੁੱਕਿਆ ਹੀ ਨਹੀਂ। ਹੁਣ ਤਾਂ ਜਿਹੜੀ ਲੇਟੈਸਟ ਪਾਰਲੀਮੈਂਟ 'ਚ ਰਿਪੋਰਟ ਪੇਸ਼ ਹੋਈ ਹੈ, ਪਿਛਲੇ ਸੈਸ਼ਨ 'ਚ 20 ਦਿਨ ਪਹਿਲਾਂ ਖਤਮ ਹੋਇਆ, ਉਹਦੇ ਮੁਤਾਬਕ ਜਿਹੜਾ ਸਾਡੇ ਸਾਰੇ ਜ਼ਿਲ੍ਹੇ ਵਾਰ ਰਿਪੋਰਟ ਪੇਸ਼ ਹੋਈ ਹੈ, ਸਾਰਾ ਹੀ ਪਾਣੀ ਧਰਤੀ ਹੇਠਲਾ ਜਿਹੜਾ ਅਸੀਂ ਅੱਜ ਪੀਂਦੇ ਹਾਂ ਉਹਦੇ 'ਚ ਕੈਂਸਰ ਅਤੇ ਹੈਪਟਾਈਟਸ ਸੀ ਹੈ। ਅਤੇ ਸਾਡੇ ਕੇਂਦਰੀ ਮੰਤਰੀ ਨੇ ਇਹ ਜਿਹੜਾ ਪੰਜਾਬ ਨੂੰ ਕੈਪੀਟਲ ਆਫ ਕੈਂਸਰ ਕਹਿ ਦਿੱਤਾ, ਇਹ ਚਿੰਤਾ ਦਾ ਵਿਸ਼ਾ। ਅਫਸੋਸ ਇਹ ਆ ਵੀ ਪੋਲੀਟੀਕਲ ਲੀਡਰਸ਼ਿਪ ਨੂੰ ਇਹਦੀ ਕੋਈ ਫਿਕਰ ਨਹੀਂ, ਸਾਡੇ ਕੋਲ ਪਾਣੀ ਹੈ ਨਹੀਂ ਧਰਤੀ ਹੇਠਲਾ ਜਿਹੜਾ, ਅਤੇ ਅਗਲੀ ਤਹਿ ਹੈ ਉਹ ਉਸ ਤਹਿ ਦਾ ਜਿਹੜਾ ਪਾਣੀ ਹੈ ਜਦੋਂ ਉੱਥੇ ਚਲੇ ਗਏ ਹੋਰ ਸਾਲ 2 ਸਾਲ 'ਚ, ਨਾ ਉਹ ਪਾਣੀ ਪੀਣ ਦੇ ਲਾਇਕ ਹੈ, ਨਾ ਉਹ ਫਸਲਾਂ ਲਾਉਣ ਦੇ ਲਾਇਕ ਹੈ। ਤਾਂ ਸਵਾਲ ਇਹ ਪੈਦਾ ਹੁੰਦਾ ਵੀ ਜੇ ਸਾਡੇ ਕੋਲ ਪਾਣੀ ਨਹੀਂ, ਪਾਣੀ ਦੇ ਬਿਨਾਂ ਮਨੁੱਖ ਜਿਉਂਦਾ ਨਹੀਂ ਰਹਿੰਦਾ, ਪੰਜਾਬ ਨੇ ਕੀ ਕਰਨਾ? ਪੰਜਾਬ ਨੇ ਇੱਥੋਂ ਉੱਜੜਨਾ, ਪੰਜਾਬ ਅਤੇ ਪੰਜਾਬੀਅਤ ਬਚੇਗੀ? ਇਹ ਸਵਾਲ ਨੇ, ਇਹਦੇ ਲਈ ਅਸੀਂ ਤਿਆਰੀ ਕਰ ਰਹੇ ਹਾਂ ਵੱਡੀ ਇੱਕ ਲੜਾਈ ਦੀ, ਦੇਖਦੇ ਕੀ ਹੁੰਦਾ। ਮੈਂ ਇਹੋ ਜਿਹੇ ਜਿਹੜੇ ਫੁਕਰਾ ਪੰਥੀ ਜਿਹਨੇ ਉਹਨਾਂ ਦੇ ਕੋਈ ਕਮੈਂਟ ਨਹੀਂ ਕਰਦਾ ਪਲੀਜ਼, ਮੈਂ ਕਿਉਂਕਿ ਉਹਦੀ ਕੋਈ ਸੀਰੀਅਸਨੈਸ ਉਹਦੇ ਵਿੱਚ ਹੈ ਨਹੀਂ। ਉਹਨੂੰ ਤਾਂ ਬਿਆਨਾਂ 'ਚ ਬਿਆਨ ਦੇ ਕੇ ਮੀਡੀਆ 'ਚ ਰਹਿਣ ਦਾ ਚਾਅ ਹੈ, ਔਰ ਮੈਂ ਮੈਨੂੰ ਲੱਗਦਾ ਉਹ ਮੈਂਟਲੀ ਸਿੱਕ ਹੈ। ਇਹ ਉਹਦੇ ਘਰਦਿਆਂ ਨੂੰ ਉਹਦਾ ਇਲਾਜ ਕਰਾਉਣਾ ਚਾਹੀਦਾ। ਉਹਦੇ ਕਹਿਣ ਨਾਲ ਕੁਛ ਨਹੀਂ ਹੁੰਦਾ, ਉਹ ਤਾਂ ਰੋਜ਼ ਕੁਛ ਨਾ ਕੁਛ ਬੋਲੂ। ਉਹਨੂੰ ਕੀ ਕਰੂੰਗੇ, ਮੈਂ ਜੋ ਕਹਿੰਦਾ ਉਹ ਮੈਂਟਲੀ ਸਿੱਕ ਹੈ, ਉਹਨੂੰ ਟ੍ਰੀਟਮੈਂਟ ਦੀ ਲੋੜ ਹੈ। ਮੈਂ ਕਹਿ ਬੈਠਾ ਜੀ, ਹੁਣ ਜੋ ਕਹਿਣਾ ਸੀ ਮੈਂ ਕਹਿ ਦਿੱਤਾ ਵੀ ਸ਼ੀ ਇਜ਼ ਮੈਂਟਲੀ ਸਿੱਕ। ਉਹ ਕੁਛ ਵੀ ਕਹਿ ਦੇਗੀ, ਉਹਦੇ ਕਹਿਣ ਨਾਲ ਥੋੜ੍ਹਾ ਸਾਰਾ ਕੁਛ ਹੋ ਗਿਆ। ਅੰਦੋਲਨ ਇਹਨੂੰ 2 ਸਾਲ ਹੋ ਗਏ, ਉਹ ਤਾਂ ਰੋਜ਼ ਕੁਛ ਨਾ ਕੁਛ ਬੋਲਦੀ ਹੈ ਜੀ। ਪੰਜਾਬੀ ਨੂੰ ਸੋਚਣਾ ਪਊ ਵੀ ਉਹਦਾ ਕੀ ਕਰਨਾ। ਨਹੀਂ ਉਹ ਮੀਟਿੰਗ 'ਤੇ ਬਾਅਦ